ਪੰਜਾਬ ਦੇ ਵਿੱਚ ਵੱਧ ਰਿਹਾ ਪਾਣੀ ਦਾ ਪੱਧਰ ਤੇ ਮਚਾ ਰਿਹਾ ਤਬਾਹੀ ਹੀ ਤਬਾਹੀ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼ ਸਾਫ਼ ਦੇਖ ਸਕਦੇ ਹੋ ਡੈਮਾਂ ਦੇ ਵਿੱਚੋਂ ਵਾਧੂ ਪਾਣੀ ਦੇ ਖੋਲ੍ਹੇ ਗਏ ਗੇਟ ਜਿੱਥੇ ਕਿ ਦੋ ਤੋਂ ਇਸ ਪਾਣੀ ਨੇ ਬੇਹੱਦ ਤਬਾਹੀ ਮਚਾ ਦਿੱਤੀ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਜਿਵੇਂ ਕਿ ਦੋਸਤੋ ਪਿਛਲੇ ਸਾਲ ਹੀ ਦਿਨਾਂ ਦੇ ਵਿੱਚ ਹੜ੍ਹ ਆਏ ਸੀ ਜਿੱਥੇ ਕਿ ਦੋਸਤੋ ਪੌਂਗ ਡੈਮ ਅਤੇ ਕਈ ਹੋਰ ਡੈਮਾਂ ਦੇ ਫਲੱਡ ਗੇਟ ਖੋਲ੍ਹੇ ਗਏ ਸੀ ਤੇ ਸ਼ੁਭਰ ਵੀ ਮਨੀਕਰਨ ਸਾਹਿਬ ਤੋਂ ਵੀ ਬੇਹੱਦ ਪਾਣੀ ਦਾ ਬਹਾਓ ਜੋ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੋ ਕਿ ਦੋਸਤੋ ਇਹ ਪਾਣੀ ਆਉਣ ਵਾਲੇ ਦਿਨਾਂ ਦੇ ਵਿੱਚ ਬਚਾ ਸਕਦਾ ਬੇਹੱਦ ਹੋਰ ਤਬਾਹੀ ਜਿੱਥੇ ਕਿ ਦੋਸਤੋ ਇਹਨਾਂ ਡੈਮਾਂ ਦੇ ਨਾਲ ਲੱਗਦੇ ਲੋਕਾਂ ਨੂੰ ਇਸ ਵੇਲੇ ਸਾਵਧਾਨ ਰਹਿਣ ਦੀ ਲੋੜ ਹੈ ਜਿੱਥੇ ਕਿ ਦੋਸਤੋ ਡੈਮਾਂ ਦੇ ਵਿੱਚ ਵਧਿਆ ਹੋਇਆ ਪਾਣੀ ਜੋ ਕਿ ਜਦੋਂ ਡੈਮਾਂ ਨੂੰ ਖਤਰਾ ਹੁੰਦਾ ਤਾਂ ਫਿਰ ਡੈਮਾਂ ਦੇ ਅਧਿਕਾਰੀਆਂ ਵੱਲੋਂ ਫਲੱਡ ਗੇਟ ਖੋਲ੍ਹੇ ਜਾਂਦੇ ਹਨ ਜਿੱਥੇ ਕਿ ਦੋਸਤੋ ਵਾਧੂ ਪਾਣੀ ਨੂੰ ਇਲਾਕੇ ਦੇ ਵੱਲ ਛੱਡਿਆ ਜਾਂਦਾ ਹੈ ਜਿੱਥੇ ਕਿ ਦੋਸਤੋ ਇਹ ਪਾਣੀ ਪਿੰਡਾਂ ਦੇ ਪਿੰਡ ਤਬਾਹ ਕਰ ਦਿੰਦਾ ਹੈ ਜਿੱਥੇ ਕਿ ਦੋਸਤੋ ਕਿਸਾਨਾਂ ਦੀਆਂ ਪੱਕੀਆਂ ਹੋਈਆਂ ਫਸਲਾਂ ਵੀ ਬੇਹੱਦ ਤਬਾਹ ਕਰ ਦਿੰਦਾ ਹੈ ਕਿ ਦੋਸਤੋ ਤੁਸੀਂ ਇਸ